ਸੋ ਹੈ ਗਾਇਸ, ਕੀ ਹਾਲ ਚਾਲ ਹੈ? ਸਭ ਤੋਂ ਪਹਿਲੇ ਸਾਰੇ ਵਧੀਆ ਹੋਣਗੇ। ਕਣੀਆਂ ਦਾ ਪਾਣੀ, ਰੋਮੈਂਟਿਕ ਦੀ ਹੋਈ ਵਾਰੀ ਹੈ। ਸਿੰਗਰ ਲਿਰਿਕਸ ਕਮਲ ਬਾਈ ਅਤੇ ਮਿਊਜ਼ਿਕ ਵਾਜ਼ਿਰ ਹਰੀਕਾ, ਹਰੀਕਾ ਹੋ ਸਕਦਾ। ਹਾਂ, ਪੋਸਟਰ ਅੰਕੁਸ਼ ਬਾਈ ਦਾ। ਜਿਵੇਂ ਕਣੀਆਂ ਦਾ ਪਾਣੀ ਐ, ਹੱਸਦੀ ਓ ਜਾਪੇ ਜਿਵੇਂ ਹੁਸਣਾ ਦੀ ਰਾਣੀ ਐ। ਨਾਈਸ 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 ਕੰਪੋਜੀਸ਼ਨ ਤਾਂ ਨਾਈਸ ਹੈਗੀ ਸੀ, ਬਟ ਜਿਹੜਾ ਥੱਲੇ ਨੂੰ ਗਿਆ ਬਾਈ, ਬਹੁਤ ਵਧੀਆ ਲੱਗੀ। ਲੱਗਦੀ ਓ ਜਾਵੇ ਜਿਵੇਂ ਕਣੀਆਂ ਦਾ ਪਾਣੀ ਐ, ਹੱਸਦੀ ਓ ਜਾਪੇ ਜਿਵੇਂ ਹੁਸਣਾ ਦੀ ਰਾਣੀ ਐ। ਆਉਂਦਾ ਏ ਪਿਆਰੇ ਉਹਨੂੰ ਦੇਖ ਦੇ ਚਾਨਣੇ ਵਿਹਾਣੀ ਐ। ਲੱਗਦੀ ਓ ਜਾਵੇ ਜਿਵੇਂ ਕਣੀਆਂ ਦਾ ਪਾਣੀ ਐ, ਹੱਸਦੀ ਓ ਜਾਪੇ ਜਿਵੇਂ ਹੁਸਣਾ ਦੀ ਰਾਣੀ ਐ। ਆਉਂਦਾ ਏ ਪਿਆਰੇ ਉਹਨੂੰ ਦੇਖ ਦੇਖ ਕੇ, ਫੋਟੋ ਦੀ ਮੈਂ ਇੱਕ ਰੂਮ ਚ ਵੀ ਲਾਣੀ ਐ। ਇਹ ਨਾ ਉਹ ਚੀਜ਼ਾਂ ਹੋ ਗਿਆ ਨਾ ਕਿ ਲਾਈਕ ਇੱਕ ਡ੍ਰੀਮ ਆ, ਇੱਕ ਕੁੜੀ ਨੂੰ ਲੈ ਕੇ ਉਹਦੇ ਨਾਲ ਕੁਝ ਖਾਬ ਨੇ ਜ਼ਿੰਦਗੀ ਦੇ, ਆਹ ਚੀਜ਼ ਕਰਨੀ ਇੱਦਾਂ ਕਰਨੀ ਆ, ਉਹਦੀ ਇੱਕ ਫੋਟੋ ਮੈਂ ਕਮਰੇ 'ਚ ਵੀ ਲਾਉਣੀ ਆ। ਇਹੀ ਇੱਕ ਲਾਈਨ, ਜੇ ਆਪਾਂ ਸਾਰੀ ਲਾਈਨ ਸਾਈਡ 'ਤੇ ਰੱਖਦੀਆਂ ਨਾ ਇੱਕ ਸੈਕਿੰਡ ਵਾਸਤੇ, ਤਾਂ ਆਹੀ ਇੱਕ ਲਾਈਨ ਬਹੁਤ ਵੱਡੀ ਲਾਈਨ ਹੈ ਇੱਕ ਚੰਗੀ ਕੁੜੀ ਵਾਸਤੇ। ਉਹਨੂੰ ਡੈਡੀਕੇਟ ਕੀਤੀ ਜਾਵੇ ਨਾ ਐਕਚੁਅਲ 'ਚ ਕੁੜੀ ਨੂੰ, ਜਿਹਨੂੰ ਐਫਰਟਸ ਦੀ ਕਦਰ ਹੋਵੇਗੀ ਕਿਸੇ ਮੁੰਡੇ ਦੇ, ਉਹ ਇੰਨੀ ਕੁ ਲਾਈਨ ਤੋਂ ਹੀ ਤੁਹਾਨੂੰ ਕਦੀ ਛੱਡ ਕੇ ਨਹੀਂ ਜਾਊਗੀ, ਤੁਹਾਨੂੰ ਕਦੀ ਧੋਖਾ ਨਹੀਂ ਦਊਗੀ ਜਾਂ ਕੁਛ ਵੀ। ਇਹ ਚੀਜ਼ ਥੋੜ੍ਹੀ ਹੈਗੀ ਹੈ ਯਾਰ ਅੱਜ ਕੱਲ੍ਹ, ਲਾਈਕ ਸੋਚਣੇ ਚਾਹੀਦੇ, ਚਾਹੇ ਮੁੰਡੇ ਹੋਣ ਚਾਹੇ ਕੁੜੀਆਂ ਹੋਣ। ਕੈਂਸਲੇਸ਼ਨ ਪ੍ਰੋਬਲਮ ਬਹੁਤ ਆ ਸਾਡੇ 'ਚ, ਕਿ ਆ ਨਹੀਂ ਤਾਂ ਕੋਈ ਹੋਰ ਸਹੀ ਉਹ ਚੀਜ਼। ਦੁਨੀਆ ਦੀ ਮੈਚਿੰਗ ਮੇਰੀ ਸ਼ਰਟ ਨਾ ਕਰਾਉਣੀ ਐ, ਗੱਲ ਕਰ ਜਦੋਂ ਤੂੰ ਜੀ ਜੀ ਬੁਲਾਉਣੀ ਐ। ਲੈ ਚਲਾ ਤੈਨੂੰ ਨੀ ਮੈਂ ਅੰਬਰਾਂ ਦੀ ਸੈਰ ਤੇ, ਤਾਰਿਆਂ ਨਾਲ ਤੇਰੀ ਮੁਲਾਕਾਤ ਵੀ ਕਰਾਣੀ ਐ। ਲੱਗਦੀ ਓ ਜਾਵੇ ਜਿਵੇਂ ਕਣੀਆਂ ਦਾ ਪਾਣੀ ਐ, ਹੱਸਦੀ ਓ ਜਾਪੇ ਜਿਵੇਂ ਹੁਸਣਾ ਦੀ ਰਾਣੀ ਐ। ਆਉਂਦਾ ਏ ਪਿਆਰੇ ਉਹਨੂੰ ਦੇਖ ਦੇਖ ਕੇ, ਫੋਟੋ ਉਹਦੀ ਮੈਂ ਇੱਕ ਗੋਤੇ ਉਹਦੀ ਲੰਬੀ ਮੈਂ ਕਾਂ ਲੱਕ ਨਾ ਬਲਾਉਂਦੀ ਐ, ਆਖੇ ਉਹਦੀ ਲੱਗੇ ਜਿਵੇਂ ਮੈਨੂੰ ਹੀ ਬੁਲਾਉਂਦੀ ਐ। ਕੰਨਾਂ ਵੀ ਬੜੇ ਸੋਹਣੇ ਪਲੱਕ ਜੇ ਵਿੱਚ ਚੱਲ ਰਹੇ ਨੇ ਹਲਕੇ ਹਲਕੇ, ਆਈ ਥਿੰਕ ਜਾਂ ਉਹ ਗਿਟਾਰ ਸਟ੍ਰਿੰਗਸ ਹੋਣਗੇ, ਆਈ ਡੋਂਟ ਨੋ, ਲਾਈਕ ਕੁਛ ਹੈ ਤਾਂ ਉਹ ਸਟ੍ਰਿੰਗ ਵਾਲਾ ਹੀ ਆ, ਠੀਕ ਹੈ, ਜਾਂ ਪਲੱਕ ਹੋਊਗਾ। ਇੱਕ ਚੀਜ਼ ਹੋਰ ਸੀਗੀ, ਲਾਈਕ ਜਿਹੜੀ ਬੈਲਸ ਪਿੱਛੇ ਚੱਲ ਰਹੇ ਹਲਕੇ 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 ਹਲਕੀ ਕੀਜ਼, ਬੜੇ ਤਰੀਕੇ ਦੇ ਪੈਟਰਨ ਪਿੱਛੇ ਚੱਲ ਰਹੇ ਨੇ ਬੀਟ ਦੇ ਵਿੱਚ, ਜੇ ਤੁਸੀਂ ਧਿਆਨ ਨਾਲ ਫੀਲ ਕਰੋਗੇ ਨਾ ਤਾਂ ਸਮਝ ਆਊਗਾ ਕਿ ਇੱਦਾਂ ਦੇ ਮਤਲਬ ਕਿੰਨਾ ਸੋਹਣਾ ਚੀਜ਼ ਬਣਾ ਰੱਖੀ ਹੈ। ਲੱਗਦੀ ਓ ਜਾਵੇ ਜਿਵੇਂ ਕਣੀਆਂ ਦਾ ਪਾਣੀ ਐ, ਹੱਸਦੀ ਓ ਜਾਪੇ ਜਿਵੇਂ ਹੁਸਣਾ ਦੀ ਰਾਣੀ ਐ। ਆਉਂਦਾ ਏ
ਪਿਆਰੇ ਉਹਨੂੰ ਦੇਖ ਦੇਖ ਕੇ ਫੋਟੋ ਦੀ ਬੈਕ ਰੂਮ ਚ ਵੀ ਲਾਉਣੀ ਹੈ। ਇਹੀ ਜਿਹੀ ਮਤਲਬ ਇੱਦਾਂ ਚੀਜ਼ ਨਾ ਪਤਾ ਕਹਿ ਸਕਦੇ ਕਿ ਸਿੱਧੂ ਬਾਈ ਨੂੰ ਦੇਖ ਕੇ ਕਿੰਨਾ ਪਿਆਰ ਆਉਂਦਾ ਉਹ ਚੀਜ਼, ਅਤੇ ਉਹ ਤਾਂ ਹੀ ਕਰਕੇ ਕਹਿੰਦੇ ਇੱਕ ਫੋਟੋ ਉਹਦੀ ਇੱਕ ਮੈਂ ਰੂਮ 'ਚ ਵੀ ਲਾਉਣੀ ਆ ਆਹ ਚੀਜ਼। ਮੈਂ ਨਾ ਇੱਕ ਚੀਜ਼ ਜ਼ਰੂਰ ਕਹੂੰਗਾ ਕਿ ਜਿਹੜੇ ਆਪਣੇ ਮਿਕਸ ਮਾਸਟਰ ਇੰਜੀਨੀਅਰਸ ਹੁੰਦੇ ਨੇ ਜਿਨ੍ਹਾਂ ਤੋਂ ਬਾਈ ਤੁਸੀਂ ਮਿਕਸ ਮਾਸਟਰ ਕਰਿਆ ਜਾਂ ਕਰਵਾਇਆ ਗਾਣਾ, ਉਹਨਾਂ ਨੂੰ ਨਾ ਇੱਕ ਚੀਜ਼ ਜ਼ਰੂਰ ਕਿਹੋ ਕਿ ਲਾਈਕ ਸਨੇਹਾ ਦੀ ਵੋਲਿਊਮ ਥੋੜ੍ਹੀ ਜਿਹੀ ਮੈਨੂੰ ਅੱਪ ਲੱਗੀ। ਇੱਕ ਤਾਂ ਸਨੇਹਰ ਪਹਿਲਾਂ ਹੀ ਹੈਵੀ ਸੀਗਾ ਅਤੇ ਉੱਦਾਂ ਫੀਲ ਹੋ ਰਿਹਾ ਜਦੋਂ ਤੁਸੀਂ ਤੁਹਾਡੀ ਵੋਕਲ ਹੋਣਾ ਕਿਤੇ ਕਿਤੇ ਓਵਰਲੈਪ ਕਰ ਰਿਹਾ ਜਦੋਂ ਵੱਜ ਰਿਹਾ, ਬਸ ਉਹ ਚੀਜ਼ ਨੂੰ ਛੱਡ ਕੇ ਕਿਤੇ ਕੋਈ ਕਮੀ ਨਹੀਂ ਲੱਗੀ ਮੈਨੂੰ, ਬਹੁਤ ਸੋਹਣਾ ਕੰਮ ਲੱਗਿਆ। ਕਿਉਂਕਿ ਨਾ ਜਿਹੜੇ ਇਹ ਚੀਜ਼ ਹੁੰਦੇ ਆਈ ਨੋ ਹੈਵੀ ਹੁੰਦੇ ਨੇ ਕਿ ਸਾਨੂੰ ਕਈਆਂ ਨੂੰ ਵਧੀਆ ਲੱਗਦਾ ਕਿ ਜਦੋਂ ਸਨੇਹਰ ਵਜੇ ਫਰੀਕੁਐਂਸੀਜ਼ ਦਾ ਚੱਕਰ ਹੁੰਦਾ, ਕਿਤੋਂ ਕੱਟ ਕਰਨੀ ਆ, ਕਿਤੇ ਰੱਖਣੀ ਆ, ਹੈ ਨਾ, ਕਿਤੋਂ ਬੂਸਟ ਕਰਨੀਆਂ ਨੇ, ਉਹ ਚੀਜ਼ਾਂ ਦਾ ਥੋੜ੍ਹਾ ਜਿਹਾ ਈਕਿਊ ਤਾਂ ਜੇ ਧਿਆਨ ਰੱਖਿਆ ਜਾਵੇ ਤਾਂ ਮੇਰੇ ਹਿਸਾਬ ਨਾਲ ਜ਼ਿਆਦਾ ਬੈਟਰ ਹੋ ਜੂਗਾ ਕੰਮ। ਬਾਕੀ ਕੰਮ ਬਹੁਤ ਵਧੀਆ ਸੀਗਾ, ਕੋਈ ਮਿਊਜ਼ਿਕ 'ਚ ਕਮੀ ਨਹੀਂ, ਕਿਸੇ ਚੀਜ਼ 'ਚ ਕਮੀ ਨਹੀਂ। ਸਲੋ ਕਹਿ ਸਕਦੇ, ਹਲਕਾ ਜਿਹਾ ਗਾਣਾ ਕਿ ਹਲਕਾ ਜਿਹਾ ਟੈਂਪੋ ਸਲੋ ਸੀਗਾ ਗਾਣਾ ਦਾ, ਇਹ ਆਪਾਂ ਜ਼ਰੂਰ ਕਹਿ ਸਕਦੇ, ਬਟ ਉਹ ਆਪਣੀ ਆਪਣੀ ਚੋਇਸ ਹੁੰਦੀ ਆ ਪਰਸਨਲ, ਹੈ ਨਾ, ਕਿਉਂਕਿ ਤੇਜ਼ ਬਣਾ ਕੇ ਵੀ ਗਾਣਾ ਬਾਅਦ 'ਚ ਸਲੋ ਡਾਊਨ ਰੀਵਰਬ ਕੀਤਾ ਜਾਂਦਾ ਅੱਜ ਕੱਲ੍ਹ ਤਾਂ ਇੱਦਾਂ ਦੀ ਚੀਜ਼ਾਂ, ਸੋ ਉਹ ਬੈਟਰ ਹੈ ਕਿ ਉਹ ਪਹਿਲਾਂ ਹੀ ਉੱਦਾਂ ਦੀ ਚੀਜ਼ ਬਣਾ ਦਿਉ, ਹੈ ਨਾ। ਸੋ ਨਾਈਸ ਬ੍ਰੋ, ਵੋਕਲਸ ਆਰ ਵੈਰੀ ਨਾਈਸ, ਬਹੁਤ ਸੋਹਣੇ ਵੋਕਲਸ। ਸਤਿ ਸ਼੍ਰੀ ਅਕਾਲ।